ਹਾਂਜੀ ਦੋਸਤੋ ਕਬੱਡੀ ਦੀ ਹਰ ਇੱਕ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਆਪਣੇ ਚੈਨਲ ਕਬੱਡੀ 105 ਨੂੰ ਅਤੇ ਨਾਲ ਘੰਟੀ ਵਾਲੇ ਬਟਨ ਨੂੰ ਵੀ ਦਬਾਓ ਹਾਂਜੀ ਦੋਸਤੋ ਆਪ ਸਭ ਦਾ ਸਵਾਗਤ ਹੈ ਆਪਦੇ ਆਪਣੇ ਚੈਨਲ ਕਬੱਡੀ 105 ਤੇ ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ ਯਾਨੀ ਕਿ 12 ਦਸੰਬਰ 2020 ਨੂੰ ਕਿੱਥੇ-ਕਿੱਥੇ ਕਬੱਡੀ ਕੱਪ ਹੋਣਗੇ ਤਾਂ ਕਰ ਲਓ ਨੋਟ ਅੱਜ ਦੇ ਕਬੱਡੀ ਕੱਪ ਅੱਜ ਦਾ ਪਹਿਲਾ ਕਬੱਡੀ ਕੱਪ ਹੋਵੇਗਾ ਪੈਂਡ ਜੋਗੇ ਵਾਲਾ ਪਠਿੰਡਾ ਵਿੱਚ ਅਤੇ ਇੱਥੇ ਅੱਜ ਕਬੱਡੀ ਕੱਪ ਕਰਵਾਇਆ ਜਾਵੇਗਾ 72 ਕਿਲੋ ਅਤੇ 55 ਕਿਲੋ ਦਾ ਅਤੇ ਇੱਥੇ ਕੱਲ ਨੂੰ ਵੀ ਕਬੱਡੀ ਕੱਪ ਹੋਵੇਗਾ 13 ਦਸੰਬਰ ਨੂੰ ਕਬੱਡੀ ਓਪਨ ਦਾ ਅਤੇ ਅੱਜ ਕਬੱਡੀ 72 ਕਿਲੋ ਅਤੇ 55 ਕਿਲੋ ਦੇ ਮੈਚ ਕਰਵਾਏ ਜਾਣਗੇ ਕਬੱਡੀ 72 ਕਿਲੋ ਦਾ ਪਹਿਲਾ ਇਨਾਮ ਹੋਵੇਗਾ 11000 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 8100 ਰੁਪਏ ਅਤੇ ਕਬੱਡੀ 55 ਕਿਲੋ ਦਾ ਪਹਿਲਾ ਇਨਾਮ ਹੋਵੇਗਾ 5100 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 3100 ਰੁਪਏ ਕਬੱਡੀ 78 ਕਿਲੋ ਦੇ ਬੈਸਟ ਰੇਡਰ ਤੇ ਜਾਫੀ ਨੂੰ ਕੱਪਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਕਬੱਡੀ 55 ਕਿਲੋ ਦੇ ਬੈਸਟ ਰੇਡਰ ਜਾਫੀ ਨੂੰ 1-1 ਕਿਲੋ ਦੇਸੀ ਕੀਓ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਇਹ ਕਬੱਡੀ ਕੱਪ ਹੋਵੇਗਾ ਦੋਸਤੋ ਅੱਜ ਜੋਗੇਵਾਲਾ ਪਠਿੰਡਾ ਵਿੱਚ ਅਤੇ ਅੱਜ ਦਾ ਅਗਲਾ ਕਬੱਡੀ ਕੱਪ ਹੋਵੇਗਾ ਪੈਂਡਾ ਫਾਦੇਗੜਸਾ ਨਾਮ ਸੰਗਰੂਰ ਵਿੱਚ ਅਤੇ ਇੱਥੇ ਅੱਜ ਕਬੱਡੀ 38 ਕਿਲੋ ਅਤੇ 55 ਕਿਲੋ ਦੇ ਮੈਚ ਕਰਵਾਏ ਜਾਣਗੇ ਅਤੇ ਕੱਲ 13 ਦਸੰਬਰ 2020 ਨੂੰ ਇੱਥੇ 65 ਕਿਲੋ ਦੇ ਮੈਚ ਹੋਣਗੇ ਅੱਜ 38 ਕਿਲੋ ਅਤੇ 55 ਕਿਲੋ ਦੇ ਮੈਚ ਹੋਣਗੇ ਅਤੇ 38 ਕਿਲੋ ਦਾ ਪਹਿਲਾ ਇਨਾਮ ਹੋਵੇਗਾ 2100 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 1100 ਰੁਪਏ ਅਤੇ 55 ਕਿਲੋ ਦਾ ਪਹਿਲਾ ਇਨਾਮ ਹੋਵੇਗਾ 4100 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 3100 ਰੁਪਏ ਅਤੇ ਦੋਸਤੋ ਇਹ ਸੀ ਜੋ ਅੱਜ ਕਬੱਡੀ ਕੱਪ ਹੋ ਰਹੇ ਹਨ ਅਤੇ ਇਸ ਤੋਂ ਵੀ ਇਲਾਵਾ ਜੇਕਰ ਕਿਤੇ ਵੀ ਕਬੱਡੀ ਕੱਪ ਹੋਵੇ ਤਾਂ ਤੁਸੀਂ ਵੀਡੀਓ ਥੱਲੇ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦੇ ਹਾਂ ਅਤੇ ਇਹਨਾਂ ਵਿੱਚੋਂ ਕੋਈ ਵੀ ਕਬੱਡੀ ਕੱਪ ਕੈਨਸਲ ਹੋਵੇ ਤਾਂ ਵੀ ਤੁਸੀਂ ਵੀਡੀਓ ਥੱਲੇ ਕਮੈਂਟ ਕਰਕੇ ਆਪਾਂ ਨੂੰ ਜ਼ਰੂਰ ਦੱਸਣਾ